ਬਲਦੇਵ ਸਿੰਘ ਦੀ ਕਹਾਣੀ ਚਿੜੀਆ ਖਾਨ ਸਵਾਰੀਆਂ ਦੀ ਖੱਚਾ ਖੱਚ ਭਰੀ ਪ੍ਰਾਈਵੇਟ ਪਬਲਿਕ ਬੱਸ ਬਜਬਜ ਵੱਲ ਆਉਂਦੀ ਬ੍ਰੇਸ ਬ੍ਰਿਜ ਲੰਘਦੀ ਤਾਰ ਤਲਾ ਉੱਤੇ ਆ ਗਈ ਕਿਸੇ ਅੱਗ ਲੱਗੇ ਸਿਨੇਮਾਂ ਕਰਦੇ ਐਮਰਜੈਂਸੀ ਦਰਵਾਜ਼ੇ ਤੋਂ ਬਾਹਰ ਨਿਕਲਦੇ ਦਰਸ਼ਕਾਂ ਦੀ ਹਫੜਾ ਦਫੜੀ ਵਾਂਗ ਹਰ ਸਟਾਪ ਉੱਤੇ ਸਵਾਰੀਆਂ ਅੰਦਰ ਕੁਸਦੀਆਂ ਜਾਂ ਬਾਹਰ ਨਿਕਲਦੀਆਂ ਹਰ ਕੋਈ ਇੱਕ ਦੂਜੇ 'ਚ ਫਸਿਆ ਖੜਾ ਸੀ ਜਿਹੜੀਆਂ ਔਰਤਾਂ ਜਾਂ ਮੋਟਿਆਰਾ ਮਰਦ ਦੇ ਪਰਛਾਵੇਂ ਤੋਂ ਵੀ ਨੱਕ ਚੜਾਉਂਦੀਆਂ ਸੀ ਇਉਂ ਖੈਸਰ ਕੇ ਤੇ ਨਾ ਪੀੜੀਆਂ ਖੜੀਆਂ ਸਨ ਕਈ ਵਾਰ ਵੇਸ਼ ਚ ਆਇਆ ਜਫੀ ਚ ਵੀ ਇੰਨਾ ਘੁੱਟਿਆ ਨਹੀਂ ਜਾਂਦਾ ਅਸੀਂ ਕੋਈ ਆਦਮੀ ਆ ਇੱਕ ਤੰਗ ਹੋਏ ਬਿਰਦ ਦੇ ਗਲੇ 'ਚ ਮਸਾਂ ਵਾਸ ਨਿਕਲੇ ਇਉਂ ਆਦਮੀ ਸਫਰ ਕਰਦੇ ਨੇ ਫਿਰ ਉਹ ਆਪਣੇ ਨਾਲ ਪੱਚੀੜੇ ਖੜੇ ਇੱਕ ਨੌਜਵਾਨ ਵੱਲ ਬੜੀ ਔਖੇ ਆਈ ਨਾਲ ਮੂੰਹ ਕਰਕੇ ਬੋਲਿਆ ਇਹ ਆਪਣੇ ਭਾਰਤੇ ਖੜਾ ਕਿਉਂ ਨਹੀਂ ਹੁੰਦਾ ਕੋਈ ਵੀ ਨਹੀਂ ਆਪਣੇ ਭਾਰਤੇ ਖੜਾ ਦਾਦੂ ਨੌਜਵਾਨ ਨੇ ਹੱਸ ਕੇ ਬੋਲਿਆ ਤੁਸੀਂ ਮੁੰਡੇ ਖਾਮ ਖਾ ਤੰਗ ਕਰਨ ਲਈ ਬੱਸਾਂ 'ਚ ਚੜਦੇ ਹੋ ਠੀਕ ਹੋ ਕੇ ਖੜੋ ਇਸ ਵਾਰ ਬਿਰਦ ਆਦਮੀ ਨੇ ਚਿੱਟੇ ਪਰਵੱਟੇ ਸੁਕੇੜਦਿਆਂ ਮੁੰਡੇ ਨੂੰ ਫਿਟਕਾਰਿਆ ਤੁਹਾਡੇ ਵਰਗੇ ਬੁੱਢਿਆਂ ਨੂੰ ਕਲਕੱਤੇ ਦੀਆਂ ਬੱਸਾਂ 'ਚ ਸਫ਼ਰ ਕਰਨਾ ਕਾਨੂੰਨੀ ਵਿਵਰਜਿਤ ਕਰ ਦੇਣਾ ਚਾਹੀਦਾ ਹੈ ਨੌਜਵਾਨ ਪਹਿਲਾਂ ਵਾਂਗੀ ਹੱਸ ਕੇ ਬੋਲਿਆ ਕੀ ਕਹੇ ਬੁੱਢਾ ਆਦਮੀ ਚਿੜ ਤੇ ਗੁੱਸੇ ਨਾਲ ਬੋਲਿਆ ਮੈਨੂੰ ਬੁੱਢਾ ਕੀ ਐ ਖੋਖਾ ਮਤਲਬ ਬੱਚਾ ਮੈਂ ਆਪਣੇ ਆਪ ਨੂੰ ਬੁੱਢਾ ਸਮਝਦਾ ਤਾਂ ਇਸ ਬਸ ਤੇ ਚੜਨ ਦੀ ਹਿੰਮਤ ਕਰਦਾ ਕਰਦਾ ਹਿੰਮਤ ਫਿਰਿਉਂ ਕਹਿਣ ਦੀ ਭੁੱਲ ਨਹੀਂ ਕਰਾਂਗੇ ਸਵਾਰੀਆਂ ਦੀ ਸਾਰੀ ਭੇੜ ਹੱਸ ਪਈ ਇਸੇ ਹਾਸੇ ਦੇ ਰੌਲੇ ਚ ਅੱਧੋ ਰਾਣਾ ਤੇ ਥਾਂ ਥਾਂ ਤੋਂ ਫਟਿਆ ਬੁਰਕਾ ਪਹਿਨੀ ਇੱਕ ਕੁਬੀ ਹੋਈ ਖੜੀ ਔਰਤ ਨੇ ਕੰਡਕਟਰ ਨੂੰ ਜ਼ਰਾ ਕੁਛ ਹੋਇਆ ਜਦੋਂ ਚਿੜੀਆ ਖਾਣਾ ਆਏਗਾ ਮੈਨੂੰ ਉਤਾਰ ਦੇਣਾ ਉਤਾਰ ਦੇਵਾਂਗਾ ਕੰਡਕਟਰ ਨੇ ਟਿਕਟਾਂ ਦਿੰਦਿਆਂ ਲਾਪਰਵਾਹੀ ਨਾਲ ਕਿਹਾ ਬਸ ਤਾਰਾ ਤਲਾ ਰੋਡ ਤੋਂ ਖੱਬੇ ਮੁੜਨ ਲੱਗੀ ਚਿੜੀਆਖਾਨਾ ਆ ਗਿਆ ਬੁਰਕੇ ਵਾਲੀ ਔਰਤ ਨੇ ਪੁੱਛਿਆ ਅਜੇ ਧੀਰ ਹੈ ਕੰਡਕਟਰ ਨੇ ਪਹਿਲਾਂ ਵਰਗੇ ਅਣ ਗਹਿਲੀ ਵਿਖਾਈ ਬੱਸ ਸਲੀਪੁਰ ਮਿੰਟ ਪਾਰ ਕਰਕੇ ਮજરા ਹਾਟ ਪੁਲ ਛੜਨ ਲੱਗੀ ਕੀ ਚਿੜੀਆਖਾਨਾ ਹੀ ਹੈ ਬਿਰ ਔਰਤ ਨੇ ਫੇਰ ਪੁੱਛਿਆ ਕਿਹਾ ਤਾਂ ਹੈ ਉਤਾਰ ਦੇਵਾਂਗਾ ਕੰਡਕਟਰ ਇਸ ਵਾਰ ਘੁਰ ਕੇ ਬੋਲਿਆ ਔਰਤ ਚੁੱਪ ਕਰਕੇ ਖੜੋ ਗਈ ਬੱਸ ਮੋਮਨਪੁਰ ਲੰਘਦੀ ਇਕਬਾਲਪੁਰ ਹੁੰਦੀ ਲਾਇਬ੍ਰੇਰੀ ਰੋਡ ਮੁੜ ਪਈ ਬਿਰਦਾਰਤ ਇਸਰ ਪਹਿਲਾਂ ਕੁਝ ਡਰੀ ਪਰ ਫਿਰ ਝਿਜਕਦਿਆਂ ਪੁੱਛ ਹੀ ਲਿਆ ਚਿੜੀਆਖਾਨਾ ਅਜੇ ਨਹੀਂ ਆਇਆ ਕਿਉਂ ਮੇਰਾ ਸਿਰ ਖਾ ਨਹੀਂ ਹੈ ਕਹਿ ਦਿੱਤਾ ਉਤਾਰ ਦੇਵਾਂਗਾ ਚੁੱਪ ਕਰਕੇ ਖੜੀ ਰਹਿ ਟਿਕਟਾਂ ਘਟੰਦੇ ਕੰਡਕਟਰ ਦੀ ਨਾਰਾਜ਼ਗੀ ਤੱਕ ਕੇ ਤੀਵੀ ਨੇ ਹੱਥ 'ਚ ਫੜਿਆ ਝੋਲਾ ਕੱਚ ਥੱਲੇ ਦੇ ਲਿਆ ਸਬਰ ਕਰਕੇ ਖੜੋ ਗਈ ਫਿਰ ਕਈ ਸਟਾਪ ਆਏ ਬੱਸ ਰੁਕਦੀ ਰਹੀ ਤੁਰਦੀ ਰਹੀ ਸਵਾਰੀਆਂ ਉਤਰਦੀਆਂ ਰਹੀਆਂ ਚੜ੍ਹਦੀਆਂ ਰਹੀਆਂ ਰੇਸ ਕੋਰਸ ਲੰਘ ਕੇ ਬੱਸ ਵਿਕਟੋਰੀਆ ਯਾਦਗਾਰ ਦੇ ਮੈਦਾਨਾਂ ਕੋਲ ਆਈ ਤਾਂ ਬਿਰਦ ਔਰਤ ਨੇ ਫੇਰ ਸਾਹ ਸਿੱ ਇਕੱਠਾ ਕਰਕੇ ਪੁੱਛਣਾ ਚਾਹਿਆ ਚਿੜੀਆਖਾਨਾ ਅਜੇ ਓ ਮਾਂ ਬੋਲ ਅਜ ਬਿਰਦ ਤਿਮੀ ਦੇ ਮੂੰਹ ਚ ਹੀ ਸੀ ਕੰਡਕਟਰ ਦੇ ਮੂੰਹੋਂ ਨਿਕਲ ਗਿਆ ਪਛਤਾਵੇ ਕਾਰਨ ਸੁਭਾਵਕ ਦੇ ਮੂੰਹ ਤੇ ਸ਼ਰਮਿੰਦਗੀ ਆ ਗਈ ਚਿੜੀਆਖਾਨਾ ਤਾਂ ਬਹੁਤ ਪਿੱਛੇ ਰਹਿ ਗਿਆ ਸੀ ਸਵਾਰੀਆਂ ਚ ਉਲਝੇ ਨੂੰ ਕੁਝ ਯਾਦ ਹੀ ਨਹੀਂ ਸੀ ਰਿਹਾ ਔਰਤ ਦੀ ਤਰਸਯੋਗ ਹਾਲਤ ਵੇਖ ਕੇ ਇੱਕ ਵਾਰ ਤਾਂ ਉਹਦਾ ਜੀ ਕੀਤਾ ਡਰਾਈਵਰ ਨੂੰ ਆ ਕੇ ਬੱਸ ਪਰ ਛਾਂ ਕੁ ਮਾ ਕੇ ਉਹਨੂੰ ਚਿੜੀਆਖਾਨਾ ਸਾਹਮਣੇ ਉਤਾਰ ਰਵੇ ਪਰ ਦਫਤਰੀ ਵੇਲੇ ਚ ਸਵਾਰੀਆਂ ਨੇ ਬੱਸ ਨੂੰ ਅੱਗ ਲਾਉਣ ਤੱਕ ਜਾਣਾ ਸੀ ਕੰਡਕਟਰ ਨੂੰ ਆਪਣੇ ਆਪ ਤੇ ਗੁੱਸਾ ਆਇਆ ਉਹਦੀ ਬੁੱਢੀ ਦਾਦੀ ਵਰਗੀ ਉਮਰ ਦੀ ਔਰਤ ਹੁਣ ਕਿੱਥੇ ਠੇਡੇ ਖਾਂਦੀ ਜਾਏਗੀ ਸੋਚ ਕੇ ਚਿੱਤ ਬੜਾ ਦੁਖੀ ਹੋਇਆ ਇਹੀ ਦੋ ਤਿੰਨ ਸਟਾਪ ਪਿੱਛੇ ਐ ਮਾਂ ਭੁੱਲ ਹੋ ਗਈ ਮੈਥੋਂ ਇੱਥੇ ਉਤਾਰ ਜਾ ਇੱਥੇ ਉਤਰ ਜਾ ਸਵਾਰੀਆਂ ਕਾਲੀ ਕਰਨ ਲੱਗੀਆਂ ਉਹਨੇ ਔਰਤ ਦੀ ਬਾਹ ਫੜ ਕੇ ਉਹਨੂੰ ਉਤਾਰਿਆ ਤੇ ਅਣਮੰਨੇ ਜੇ ਮਨ ਨਾਲ ਬੱਸ ਤੋੜਨ ਲਈ ਘੰਟੀ ਮਾਰਤੀ ਮੋਰੀਆਂ ਹੋਇਆ ਬੁਰਕਾ ਔਰਤ ਨੇ ਠੀਕ ਕੀਤਾ ਕਬਰਾਟ ਤੇ ਗੁੱਸੇ ਚ ਬੁੜਬੁੜ ਕਰਦੀ ਉਹ ਫੁੱਟਪਾਥ ਤੇ ਖੜੋ ਕੇ ਇਧਰ ਉਧਰ ਬੱਸਾਂ ਕਾਰਾਂ ਦੀ ਭੀੜ ਵੇਖ ਕੇ ਡਰ ਗਈ ਜਿਹਨੂੰ ਪੁੱਛਾਂ ਉਹ ਪਰੇਸ਼ਾਨ ਹੋ ਗਈ ਫਿਰ ਸੋਚਣ ਲੱਗੀ ਅਸਲਮ ਨੂੰ ਦੱਸਾਂਗੀ ਉਹੀ ਇਹਨਾਂ ਨੂੰ ਠੀਕ ਕਰੇਗਾ ਫਿਰ ਦੇਖੂ ਇਹ ਕਿਵੇਂ ਗਲਤ ਜਗ੍ਹਾ ਉਤਾਰਦੇ ਆ ਉਹ ਉਧਰ ਨੂੰ ਤੁਰਨ ਲੱਗੀ ਜਿੱਧਰ ਚਿੜੀਆਖਾਨਾ ਪਿੱਛੇ ਰਹਿ ਗਿਆ ਸੀ ਜੀਵੇਂ ਪੁੱਤਰ ਬਿਰਦੰਮੀ ਦੀ ਉਮਰ ਵੀ ਤੈਨੂੰ ਮਿਲੇ ਉਹਨੇ ਥੈਲਾ ਕੱਚ ਥੱਲੇ ਚੰਗੀ ਤਰ੍ਹਾਂ ਸੁਰੱਖਿਅਤ ਕਰ ਲਿਆ ਪਿਛਲੇ ਮਹੀਨੇ ਉਹਨੇ ਪੱਕੀਆਂ ਸੁਪਾਰੀਆਂ ਆਪਣੇ ਪੁੱਤਰ ਲਈ ਸਾਂਭ ਰੱਖੀਆਂ ਸਨ ਅੱਗੇ ਉਹ ਮਹੀਨੇ 20 ਦਿਨੀ ਘਰ ਫੇਰਾ ਮਾਰ ਜਾਂਦਾ ਸੀ ਰਾਤ ਰਹਿ ਕੇ ਚਲਿਆ ਜਾਂਦਾ ਇਸ ਵਾਰ ਪਤਾ ਨਹੀਂ ਕਿਉਂ ਡੇਢ ਮਹੀਨਾ ਹੋ ਚੱਲਿਆ ਸੀ ਉਹਨੂੰ ਬੁੱਢੀ ਅੰਮੀ ਯਾਦ ਹੀ ਨਹੀਂ ਆਈ ਪਤਾ ਨਹੀਂ ਜਾਨਵਰਾਂ ਚ ਰਹਿ ਕੇ ਉਹ ਵੀ ਜਾਨਵਰਾਂ ਵਰਗਾ ਹੀ ਬਣ ਗਿਆ ਬਹੁਤ ਕੰਮ ਰਹਿੰਦਾ ਹੋਣਾ ਉਹਨੇ ਸੋਚਿਆ ਝੋਲੇ ਚ ਪਈਆਂ ਸੁਪਾਰੀਆਂ ਟੋਈਆਂ ਬੁੱਲਾਂ ਤੇ ਮੁਸਕਾਨ ਖੇੜ ਗਈ ਪੱਕੀਆਂ ਸੁਪਾਰੀਆਂ ਵੇਖ ਕੇ ਤਾਂ ਉਹ ਬਿਲਕੁਲ ਬੱਚਾ ਬਣ ਜਾਂਦਾ ਧੜੰਗੇ ਮਾਰਨ ਲੱਗੇਗਾ ਪੁੱਤਰ ਮਿਲਣ ਦੀ ਸਿੱਕ ਲਈ ਉਹ ਬਿਨਾਂ ਰੁਕੇ ਤੁਰ ਹੀ ਗਈ ਰੇਸ ਕੋਰਸ ਵੱਲੋਂ ਪੁਲ ਵੱਲ ਚੜਦਿਆਂ ਉਹਨੇ ਤੁਰੇ ਆਉਂਦੇ ਇੱਕ ਅਜਨਬੀ ਨੂੰ ਪੁੱਛਿਆ ਮੀਆਂ ਚਿੜੀਆਖਾਨਾ ਇੱਧਰ ਹੀ ਹੈ ਨਾ ਉਹ ਸਾਹਮਣੇ ਜਿੱਥੇ ਲੰਮੀ ਲਾਈਨ ਲੱਗੀ ਹੈ ਦੱਸਣ ਵਾਲਾ ਲੰਮਾ ਹੱਥ ਕਰਕੇ ਇਸ਼ਾਰਾ ਕਰ ਗਿਆ ਉਹ ਪੁਲ ਦੀ ਉਤਰਾਈ ਉਤਰਨ ਲੱਗੀ ਛੁੱਟੀ ਤਾਂ ਮਿਲੀ ਜਾਏਗੀ ਮੇਰੇ ਪੁੱਤ ਨੂੰ ਉਹਨੂੰ ਆਖਾਂਗੀ ਕਿ ਸ਼ੇਰ ਲੈ ਚੱਲ ਨਾਲੇ ਸਵਾਰ ਉਹ ਤਾਂ ਰੋਜ਼ ਸ਼ੇਰਾਂ ਨੂੰ ਗੋਸ਼ਤ ਪਾਉਂਦਾ ਹੈ ਮੇਰੇ ਪੁੱਤ ਦੇ ਤਾਂ ਪਿੱਛੇ-ਪਿੱਛੇ ਪੂਛਾ ਮਾਰਦੇ ਫਿਰਦੇ ਹੋਣਗੇ ਸ਼ੇਰ। ਅਸਲਮ ਪੁੱਤਰ گوشਤ ਨਾ ਦੇਵੇ ਤਾਂ ਸ਼ੇਰ ਭੁੱਖੇ ਨਾ ਮਰ ਜਾਣ। ਅੱਜ ਤਾਂ ਉਹਨੂੰ ਲੈ ਕੇ ਜਾਵਾਂਗੇ ਨਾਲ। ਫੇਰ ਦੇਖੂ ਉਹ ਮੂਆ ਮੁਕਰਜੀ ਕਿਵੇਂ ਸਾਡੇ ਸੁਪਾਰੀਆਂ ਦੇ ਦਰਖਤ ਨਸ਼ਟ ਕਰੇਗਾ। ਕਿਵੇਂ ਹਲਦੀ ਤੇ ਬੂਟੇ ਪੁੱਟੇਗਾ। ਆਖਦਾ ਅੱਗ ਲਾ ਦੇਾਂਗਾ ਤੇਰੀ ਝੌਂਪੜੀ ਨੂੰ। ਬੁਲਾ ਲਿਆ ਆਪਣੇ ਪੁੱਤਰ ਨੂੰ। ਉਹਨੂੰ ਵੀ ਦੇਖਾਂਗਾ। ਅੱਜ ਉਹਨੂੰ ਆਪਣੇ ਪੁੱਤਰ ਦੇ ਜੋਰ ਵਿਖਾਉਣੇ ਪੈਣੇ ਨੇ। ਉਹ ਕੀ ਜਾਣਦਾ ਮੇਰੇ ਪੁੱਤਰ ਸ਼ੇਰਾਂ ਨੂੰ ਗੋਸ਼ਤ ਪਾਉਂਦਾ ਹੈ ਸ਼ੇਰ ਵੀ ਮੇਰੇ ਪੁੱਤ ਦੇ ਹੱਥਾਂ ਵੱਲ ਵਹਿੰਦੇ ਰਹਿੰਦੇ ਨੇ ਤੂੰ ਕੀ ਚੀਜ਼ ਹੈ ਸਭ ਗੱਲਾਂ ਦੱਸਾਂਗੀ ਅੱਜ ਆਖਦਾ ਏ ਝੌਂਪੜੀ ਵਾਲੀ ਥਾਂ ਮੈਂ ਬਗੀਚਾ ਲਾਣਾ ਏ ਆਖਦਾ ਏ ਸੜਕ ਤੋਂ ਪਰਾਂ ਚਲੀ ਜਾ ਹੁਣ ਅਸਲਮ ਦੇ ਅੱਬਾ ਦੀ ਧਰਤੀ ਕਿਵੇਂ ਛੱਡ ਦੇਾਂਗੀ ਮੈਂ ਮੈਂ ਤਾਂ ਪੁੱਤਰ ਨੂੰ ਆਖਾਂਗੀ ਮੇਰੀ ਗੌਰ ਵੀ ਇੱਥੇ ਬਣਾਵੇ ਆਖਦਾ ਏ ਝੁੱਗੀ ਸਾੜ ਦੇਾਂਗਾ ਕੱਚੀ ਖਾ ਜਾਾਂਗਾ ਕਿੱਥੋਂ ਦਾ ਹੀ ਸ਼ੇਰ ਆ ਗਿਆ ਸ਼ੇਰਾਂ ਨੂੰ ਤਾਂ ਮੇਰਾ ਅਸਲਮ ਪਾਲਦਾ ਹੈ ਹੁਣ ਦਿਖਾਵਾਂਗੀ ਤੈਨੂੰ ਕੌਣ ਕੱਚਾ ਖਾਂਦਾ ਹੈ ਅਸਲਮ ਨੂੰ ਦੱਸਾਂਗੀ ਅੱਜ ਇਹ ਹੀ ਮੁਕਰਜੀ ਆਪਣੀਆਂ ਮੁਰਗੀਆਂ ਵੀ ਫੜ ਕੇ ਖਾ ਗਿਆ ਸਾਰਾ ਦਿਨ ਪੋਖਰ ਤੇ ਮੱਛੀਆਂ ਫੜਨ ਬੈਠਾ ਰਹਿੰਦਾ ਉਸ ਪੋਖਰ ਵਿੱਚ ਡੋਬ ਕੇ ਮਾਰੇਗਾ ਮੇਰਾ ਪੁੱਤਰ ਹੁਣ ਬਿਰਦੌਰਤ ਨੇ ਤਸੱਲੀ ਨਾਲ ਸਾਹ ਲਿਆ ਉਲੰਬੀ ਲਾਈਨ ਕੋਲ ਪਹੁੰਚ ਗਈ ਸੀ ਬੁਰਕਾ ਇਧਰੋਂ ਉਧਰੋਂ ਠੀਕ ਕਰਨ ਲੱਗੀ ਪਿਛਲੇ ਪਾਸਿਓਂ ਬੁੱਧੀ ਹੋਈ ਸੀ ਔਣ ਕੋ ਜੁੱਦੜ ਗਈ ਹਾਏ ਅੱਲਾ ਪੁੱਤਰ ਨੂੰ ਕਿੰਨੀ ਸ਼ਰਮ ਆਏਗੀ ਉਹਨੇ ਸੋਚਿਆ ਪਰ ਉੱਥੇ ਹੁਣ ਕੁਝ ਨਹੀਂ ਸੀ ਹੋ ਸਕਣਾ ਚਿੜੀਆਂ ਖਾਨਾ ਦੇਖਣ ਆਿਆਂ ਦੀ ਟਿਕਟ ਲਈ ਲੰਮੀ ਲਾਈਨ ਲੱਗੀ ਵੇਖ ਕੇ ਉਹ ਹੈਰਾਨ ਵੀ ਹੋਈ ਕਦੇ ਇੱਧਰ ਆਈ ਨਹੀਂ ਸੀ ਉਹ ਭਿੱਜੇ ਤੱਤੇ ਛੋਲੇ ਵੇਚਦੇ ਇੱਕ ਮੁੰਡੇ ਨੂੰ ਉਹਨੇ ਪੁੱਛਿਆ ਮੈਂ ਅਸਲਮ ਨੂੰ ਮਿਲਣਾ ਹੈ ਅਸਲਮ ਹਾਂ ਆਪਣੇ ਪੁੱਤ ਨੂੰ ਪਤਾ ਨਹੀਂ ਲੜਕਾ ਨਾਂ ਸਿਰ ਹਿਲਾ ਕੇ ਦਰਸ਼ਕਾਂ ਦੀ ਪੇੜ ਚ ਲੁੱਕ ਗਿਆ ਫਿਰ ਔਰਤ ਬੜੀ ਹੈਰਾਨ ਹੋਈ ਲੈ ਇਹ ਮੇਰੇ ਪੁੱਤ ਨੂੰ ਵੀ ਨਹੀਂ ਜਾਣਦਾ ਜਾ ਆਵੇ ਉਹ ਤਾਂ ਸ਼ੇਰਾਂ ਦਾ ਰੱਖਾ ਹੈ ਜੋ ਕੋ ਤੱਕੀ ਚੌਰਤਨ ਨੇ ਔਰਤ ਨੇ ਵੀ ਘੋਰ ਕੋਲੋਂ ਪੁੱਛਿਆ ਉਹਨੂੰ ਵੀ ਕੁਝ ਸਮਝ ਨਹੀਂ ਆਇਆ ਅੰਦਰ ਕੰਮ ਕਰਦਾ ਹੈ ਸ਼ੇਰਾਂ ਨੂੰ ਭਾਲਦਾ ਮਾਂ ਨੇ ਪੁੱਤ ਦੀ ਤਰੀ ਬੜੇ ਮਾਣ ਨਾਲ ਦੱਸੇ ਕੁਝ ਕੁਝ ਸਮਝ ਕੇ ਉਸ ਲੜਕੇ ਨੇ ਮਾਂ ਨੂੰ ਕਿਹਾ ਉਸ ਦਰਬਾਰ ਨੂੰ ਪੁੱਛ ਮਾਂ ਤੇ ਬਿਰ ਦਮਾਨ ਟੁੱਟੇ ਪੱਤੇ ਵਾਂਗ ਦਰਬਾਰ ਕੋਲ ਆ ਖੜੀ ਟਿਕਟ ਉਧਰ ਮਿਲਦੇ ਨੇ ਦਰਬਾਰ ਨੇ ਘੂਰਿਆ ਅਸਲਮ ਨੂੰ ਮਿਲਣਾ ਹੈ ਮਾਂ ਨੇ ਅਰਜ਼ ਕੀਤੀ ਅਸਲਮ ਦਰبان ਚੌਂਕਿਆ ਮੈਂ ਉਹਦੀ ਮਾਂ ਹਾਂ ਅੰਦਰੋਂ ਛਲਕੀ ਮਮਤਾ ਨਾਲ ਉਹਨੇ ਗਿਆ ਦਰਬਾਨ ਉਹਨੂੰ ਖੜੀ ਛੱਡ ਕੇ ਕਾਲੀ ਨਾਲ ਅੰਦਰ ਚਲਾ ਗਿਆ ਚਿੜੀਆਂ ਖਾਨੇ ਦੇ ਅੰਦਰੋਂ ਬੁੱਕ ਦੇ ਸ਼ੇਰਾਂ ਦੀ ਆਵਾਜ਼ ਸੁਣ ਕੇ ਬਿਰਦ ਮਾਂ ਨੂੰ ਚਾ ਚੜ ਗਿਆ ਜੀਵੇ ਮੇਰਾ ਪੁੱਤ ਆਪ ਮਹਾਰਾਉ ਦੇ ਮੂੰਹੋਂ ਨਿਕਲ ਗਿਆ ਆਓ ਮਾਂ ਕੁਝ ਮਿੰਟਾਂ ਬਾਅਦ ਮੁੜ ਕੇ ਆਇਆ ਦਰਬਾਨ ਉਹਨੂੰ ਅੰਦਰ ਲੈ ਗਿਆ ਪ੍ਰਬੰਧਕਾਂ ਦੇ ਦਫ਼ਤਰ ਮੂਰੇ ਬਰਾਮਦੇ 'ਚ ਬਿਠਾ ਦਿੱਤਾ ਥੋੜ੍ਹੀ ਪਰਾਂ ਜ਼ੈਬਰੇ ਹਿਰਨ ਬਾਰਾਂ ਸਿੰਘੇ ਰੋਜ਼ ਉਦਾਸ ਚ ਇਧਰ ਉਧਰ ਤੁਰ ਫਿਰ ਰਹੇ ਸਨ ਜਿਵੇਂ ਬਹੁਤ ਥੱਕੇ ਹੋਣ ਇਧਰ ਹੀ ਕਿਧਰੇ ਸ਼ੇਰ ਹੋਣਗੇ ਤੇ ਉੱਥੇ ਮੇਰਾ ਅਸਲਮ ਆਉਂਦਾ ਹੀ ਹੋਏਗਾ ਮਿਰਦਮਾਨੇ ਬੁਰਕੇ ਦੀ ਜਾਲੀ ਰਤਕ ਹਟਾ ਕੇ ਚਿੜੀਆਖਾਨੇ ਦੇ ਆਹਾਤੇ ਨੂੰ ਵੇਖਿਆ ਤੇ ਪਤਾ ਨਹੀਂ ਕਿਉਂ ਉਦਾਸ ਹੋ ਗਈ ਹਾਏ ਇੰਨੇ ਸਾਰੇ ਜਾਨਵਰ ਇੱਥੇ ਬੰਦ ਨੇ ਜੰਗਲ ਵਰਗੀ ਖੁੱਲ ਕਿੱਥੋਂ ਮਿਲਦੀ ਹੋ ਫਿਰ ਉਹ ਅਸਲਮ ਨੂੰ ਡੇਕਣ ਲੱਗ ਪਈ ਦਫਤਰ ਦੇ ਅੰਦਰ ਕਰਮਚਾਰੀ ਹੱਥਾਂ ਪੈਰਾਂ ਚ ਆ ਗਏ ਕਲਰਕ ਆਪਣੇ ਇਨਚਾਰਜ ਕੋਲ ਭੱਜਿਆ ਗਿਆ ਅਸਲਮ ਦੀ ਮਾਂ ਆਈ ਹੈ ਸਰ ਅਸਲਮ ਦੀ ਮਾਂ ਇਨਚਾਰਜ ਕੁਰਸੀ ਤੋਂ ਉੱਠ ਖੜਾ ਤੇ ਆਪਣੇ ਅਫਸਰ ਕੋਲ ਦੌੜਿਆ ਸਰ ਅਸਲਮਜ਼ ਮਦ what ਅਫਸਰ ਦੇ ਚਿਹਰੇ ਤੇ ਕਬਰਾਂਟ ਤੇ ਚਿੰਤਾ ਰਲਗੜਡ ਹੋ ਗਈਆਂ ਤੇ ਉਹ ਦਫਤਰ ਅੰਦਰ ਇੱਕ ਸਹਮ ਜਿਹਾ ਛਾ ਗਿਆ ਬਿਰਧ ਮਾਂ ਦੂਰੋਂ ਆਉਂਦੇ ਹਰ ਆਦਮੀ ਨੂੰ ਅਸਲਮ ਸਮਝਦੀ ਫਿਰ ਸੋਚਣ ਲੱਗਦੀ ਹੈ ਜੇ ਆਇਆ ਕਿਉਂ ਨਹੀਂ ਪਤਾ ਨਹੀਂ ਇਹਨਾਂ ਲੋਕਾਂ ਨੇ ਉਸ ਵਿਚਾਰੇ ਨੂੰ ਖਬਰ ਵੀ ਦਿੱਤੀ ਹੋਣੀ ਆ ਜਾਂ ਨਹੀਂ ਕੀ ਪਤਾ ਸ਼ੇਰਾਂ ਨੂੰ ਖਾਣਾ ਦੇਣ ਦਾ ਵੇਲਾ ਹੋਵੇ ਫਿਰ ਵੀ ਆਵੇਗਾ ਨਾ ਸ਼ੇਰ ਤਾਂ ਭੁੱਖੇ ਨਹੀਂ ਰੱਖਣੇ ਫਿਰ ਸ਼ੇਰਾਂ ਦੇ ਬੁੱਕਣ ਦੀ ਆਵਾਜ਼ ਸੁਣੀ ਤਾਂ ਮਾਂ ਨੇ ਸੋਚਿਆ ਹੁਣ ਆਏਗਾ ਰਾਜੀ ਰੋਜੀਵਨ ਜੋ ਗਿਆ ਅੱਲਾ ਖੈਰ ਮੇਰ ਕਰੇ ਜੀਵਨ ਜੀਵੇ ਮੇਰਾ ਸ਼ੇਰ ਉਹ ਬੈਠੀ ਬੈਠੀ ਅਸੀਸਾਂ ਦੇਣ ਲੱਗੀ ਤੇ ਉਹਨੇ ਪੱਕੀਆਂ ਸੁਪਾਰੀਆਂ ਨੂੰ ਝੋਲੇ ਅੰਦਰ ਫਿਰ ਟੋ ਕੇ ਵੇਖਿਆ ਸਬੰਧਤ ਅਫਸਰ ਕੁਝ ਮਾਤ ਹਿਤਾ ਨਾਲ ਦਫ਼ਤਰੋਂ ਬਾਹਰ ਆਇਆ ਤੇ ਝੱਕਦਾ ਝੱਕਦਾ ਬਿਰਧਔਰਤ ਕੋਲ ਆ ਖੜਾ ਸਲਾਮਾ ਅਫਸਰ ਬੰਗਾਲੀ ਹੁੰਦੇ ਹੋਏ ਨੇ ਵੀ ਮਾਂ ਦੇ ਸਤਕਾਰ ਵਜੋਂ ਉਹਦੇ ਧਰਮ ਹਿੱਤ ਵੰਦਨਾ ਕੀਤੀ ਜਿਵੇਂ ਪੁੱਤਰ ਮਾਂ ਧਰਤੀ ਤੋਂ ਜਿਵੇਂ ਉੱਪਰ ਉੱਠ ਗਈ ਉਹਦੇ ਪੁੱਤ ਦੀ ਕਿੰਨੀ ਕਦਰ ਸੀ ਇੱਥੇ ਉੱਠ ਕੇ ਖੜੀ ਹੋ ਗਈ ਬੈਠੋ ਮਾਂ ਬੈਠੋ ਅਫਸਰ ਨਿਮਰਤਾ ਨਾਲ ਬੋਲਿਆ ਅਸਲ ਮਾਇਆ ਨਹੀਂ ਅਜੇ ਮਾਂ ਨੇ ਫਿਕਰ ਕੀਤਾ ਅਸਾਂ ਤੁਹਾਨੂੰ ਬਹੁਤ ਉਹ ਦੇਖਿਆ ਮਾਂ ਤਾਰ ਦਿੱਤੀ ਸੀ ਅਸਲਮ ਨੇ ਆਪਣੇ ਇੱਕ ਦੋਸਤ ਦਾ ਪਤਾ ਟਿਕਾਣਾ ਵੀ ਦੇ ਰੱਖਿਆ ਸੀ ਉਹ ਵੀ ਸਾਨੂੰ ਨਹੀਂ ਮਿਲਿਆ ਤੁਹਾਡੇ ਵੱਲੋਂ ਵੀ ਕੋਈ ਸੂਚਨਾ ਨਾ ਮਿਲੀ ਅਫਸਰ ਰੁੱਕ ਰੁੱਕ ਕੇ ਬੋਲੇ ਬਹੁਤ ਸਿੱਧਾ ਹੈ ਮੇਰਾ ਬੱਚਾ ਮਾਂ ਨੇ ਫਖਰ ਨਾਲ ਲਾ ਗਿਆ ਅਫਸਰ ਦੁਚਿੱਤੀ ਛੋਰਨਾ ਕਰਮਚਾਰੀਆਂ ਵੱਲ ਝਾਕਿਆ ਉਹਨੂੰ ਛੁੱਟੀ ਮਿਲ ਜਾਏਗੀ ਨਾ ਇੱਕ ਦਿਨ ਸਭ ਠੀਕ ਹੋ ਜਾਏਗਾ ਨਾਲ ਹੀ ਲੈ ਜਾਵਾਂਗੇ ਉਹਨੂੰ ਮਾਂ ਨੇ ਸਾਹਮਣੇ ਖੜੇ ਵਿਅਕਤੀ ਨੂੰ ਪੁੱਛਿਆ ਫਿਰ ਫਿਕਰਾਂ ਨਾਲ ਬੋਲੀ ਉਹ ਆ ਕਿਉਂ ਨਹੀਂ ਰਿਹਾ ਉਹਨੂੰ ਕਹੋ ਤੇਰੀ ਅੰਮੀ ਆਈਏ ਭਲਾਈ ਨਹੀਂ ਧੇਰ ਵੀ ਕੋਈ ਬਿਰਧ ਮਾਂ ਨੂੰ ਕਲਿਆਣ ਛੱਡਦਾ ਪਰ ਬੜਾ ਸਾਉ ਹੈ ਮੇਰਾ ਪੁੱਤ ਦਰਅਸਲ ਮਾਂ ਬੜਾ ਦੁੱਖ ਹੈ ਸਾਨੂੰ ਅਸਲਮ ਬੜਾ ਇਮਾਨਦਾਰ ਅਫਸਰ ਦੀ ਜ਼ਬਾਨ ਥੱਥਲਾਉਣ ਲੱਗੀ ਉਹ ਆ ਕਿਉਂ ਨਹੀਂ ਰਿਹਾ ਬਿਰਧ ਮਾਂ ਦੇ ਅੰਦਰੋਂ ਹੌਲ ਉੱਠਿਆ 15 ਕ ਦਿਨ ਹੋਏ ਮਾਂ ਕੀ ਹੋਇਆ ਮੇਰੇ ਪੁੱਤ ਨੂੰ ਮਾਂ ਦੀ ਆਵਾਜ਼ ਕਗਿਆ ਗਈ ਬਿਰਧ ਸਰੀਰ ਚ ਕੰਬਾ ਛਿੜ ਗਿਆ ਸਾਡਾ ਇੱਕ ਜਮਾਦਾਰ ਬਿਮਾਰ ਹੋ ਗਿਆ ਮਾਂ ਤੇ ਅਸਲਮ ਨੂੰ ਸ਼ੇਰਾਂ ਦੇ ਘਰ ਸਾਫ਼ ਕਰਨੇ ਪਏ। ਹੁਣ ਤੇ ਜਮਾਦਾਰ ਠੀਕ ਹੋਣਾ ਹੈ। ਮਾਂ ਨੇ ਪਾਟੀ ਜੀ ਅਵਾਜ਼ 'ਚ ਪੁੱਛਿਆ। ਸਾਨੂੰ ਬੇਹਾਦ ਅਫਸੋਸ ਹੈ ਮਾਂ ਉਸ ਦਿਨ ਅਸਲਮ ਜਦਿਕ ਸ਼ੇਰ ਦਾ ਘਰ ਸਾਫ਼ ਕਰਨ ਲੱਗਾ ਤਾਂ ਉਹਨੇ ਸ਼ਟਰ ਚੁੱਕਿਆ। ਇਉਂ ਸ਼ੇਰ ਅਕਸਰ ਦੂਜੇ ਘਰ 'ਚ ਚਲਾ ਜਾਂਦਾ ਹੈ। ਸ਼ਟਰ ਫੇਰ ਸੁੱਟ ਦੇਈਦਾ ਹੈ। ਪਰ ਉਸ ਦਿਨ ਸ਼ੇਰ ਦੂਜੇ ਘਰ ਨਹੀਂ ਗਿਆ ਤੇ ਛੇਕੇ ਉੱਥੇ ਹੀ ਖੜਾ ਰਿਹਾ। ਅਸਲਮ ਨੇ ਸਮਝਿਆ ਸ਼ੇਰ ਉਧਰ ਚਲਾ ਗਿਆ। ਜਦੋਂ ਅਸਲਮ ਅੰਦਰ ਉਤਰਿਆ ਤਾਂ ਅਫਸਰ ਤੋਂ ਗਾਂ ਕੁਝ ਬੋਲਿਆ ਨਹੀਂ ਗਿਆ। ਉਦ ਨੇਮੀ ਪੈ ਗਈ ਪੱਥਰ ਆ ਗਈ ਬਿਰਧਮਾ ਦੇ ਮੂੰਹ ਕੁਝ ਵੀ ਨਹੀਂ ਨਿਕਲਿਆ ਕੱਚ ਚ ਕੁੱਟਿਆ ਪੱਕੀਆਂ ਸੁਪਾਰੀਆਂ ਦਾ ਝੋਲਾ ਥੱਲੇ ਡਿੱਗ ਪਿਆ ਤੇ ਪੀਲੀਆਂ ਸੁਪਾਰੀਆਂ ਚੜੀਆ ਖਾਨੇ ਦੇ ਆਹਾਤੇ ਚ ਕੱਚ ਦੇ ਬਲੌਰਾਂ ਵਾਂਗ ਖਿਲਰ ਗਈਆਂ ਸਮਾਪਤ